ਮਾਣਯੋਗ ਅਦਾਲਤ ਦੇ ਫੈਸਲੇ ਨੇ ਨਵੇਂ ਬਣੇ ਕਾਂਗਰਸੀ ਪ੍ਰਧਾਨਾਂ ਦਾ ਚਾਹ ਖੋ ਲਿਆ ਏ। ਐਡੀਸ਼ਨਲ ਸਿਵਲ ਜੱਜ ਸੀਨੀਅਰ ਡਿਵੀਜ਼ਨ ਗਿੱਦੜਬਾਹਾ ਦੀ ਮਾਣਯੋਗ ਅਦਾਲਤ ਨੇ ਧਰਮ ਬੋਰਡ ਅਧੀਨ ਆਉਂਦੀਆਂ 6 ਸੰਸਥਾਵਾਂ ਦੇ ਪ੍ਰਧਾਨਾਂ ਨੂੰ ਹਟਾਉਣ ਦੇ ਫੈਸਲੇ ਤੋਂ ਬਾਅਦ ਜਿੱਥੇ ਗਿੱਦੜਬਾਹਾ ਦੇ ਵਿਧਾਇਕ ਨੂੰ ਵੱਡਾ ਝਟਕਾ ਲੱਗਾ ਏ, ਉੱਥੇ ਹੀ ਨਵੇਂ ਬਣੇ ਪ੍ਰਧਾਨਾਂ ਦਾ ਚਾਹ ਵੀ ਧਰਿਆ ਧਰਾਏ ਰਹਿ ਗਿਆ ਏ। ਇਸ ਫੈਸਲੇ ਤੋਂ ਬਾਅਦ ਅੱਜ ਧਰਮ ਬੋਰਡ ਦੇ ਗਿੱਦੜਬਾਹਾ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਘੁਵੀਰ ਸਿੰਘ ਪ੍ਰਧਾਨ ਨੇ ਆਪਣੇ ਗਿੱਦੜਬਾਹਾ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਗਿੱਦੜਬਾਹਾ ਦੇ ਮੌਜੂਦਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਧਰਮ ਬੋਰਡ ਦੇ ਕੰਮਾਂ ਵਿੱਚ ਦਖਲ ਅੰਦਾਜ਼ੀ ਕਰਨ ਦਾ ਕੋਈ ਹੱਕ ਨਹੀਂ ਏ, ਕਿਉਂਕਿ ਵਿਧਾਇਕ ਧਰਮ ਬੋਰਡ ਦਾ ਮੈਂਬਰ ਹੀ ਨਹੀਂ ਏ। ਪਰ ਧਰਮ ਬੋਰਡ ਕੱਚੇ ਤੇ ਪੱਕੇ ਆੜ੍ਹਤੀਆਂ ਮੈਂਬਰਾਂ ਦੀ ਸਾਂਝੀ ਸੰਸਥਾ ਏ ਜੋ ਕਿ ਲੋਕਾਂ ਲਈ ਲੋਕ ਭਲਾਈ, ਪੜ੍ਹਾਈ ਅਤੇ ਧਾਰਮਿਕ ਖੇਤਰ ਵਿੱਚ ਕੰਮ ਕਰ ਰਹੀ ਏ। ਉਹਨਾਂ ਕਿਹਾ ਕਿ ਧਰਮ ਬੋਰਡ ਬਹੁਤ ਪੁਰਾਣੀ ਸੰਸਥਾ ਹੈ ਜਿਸ ਦਾ 1976-77 ਦੇ ਵਿੱਚ ਸੰਵਿਧਾਨ ਬਣਾਇਆ ਗਿਆ ਸੀ, ਜਿਸ ਤਹਿਤ ਕੱਚੇ ਤੇ ਪੱਕੇ ਆੜ੍ਹਤੀਏ ਇਸ ਦੇ ਮੈਂਬਰ ਹਨ ਜੋ ਧਰਮ ਬੋਰਡ ਵਜੋਂ ਜਾਰੀ ਟਿਕਟਾਂ ਦੀ ਵਰਤੋਂ ਕਰਦੇ ਨੇ ਤੇ ਇਸ ਦਾ ਸਾਰਾ ਸਰਕਾਰੀ ਰਿਕਾਰਡ ਤੇ ਹਰ ਸਾਲ ਆਡਿਟ ਕੀਤਾ ਜਾਂਦਾ ਹੈ। ਇਸ ਦੀ ਸਾਲਾਨਾ ਆਮਦਨ ਜੋ ਕਿ 30 ਲੱਖ ਦੇ ਲਗਭਗ ਹੁੰਦੀ ਸੀ ਪਰ ਅਕਾਲੀ ਦਲ ਦੇ ਰਾਜ ਸਮੇਂ ਇਹ ਘਟ ਕੇ 18 ਲੱਖ ਦੇ ਲਗਭਗ ਰਹਿ ਗਈ ਸੀ, ਪਰ ਹੁਣ ਪਿਛਲੇ 1 ਸਾਲ ਵਿੱਚ ਇਹ ਘਟ ਕੇ 5 ਲੱਖ ਤੋਂ ਵੀ ਥੱਲੇ ਰਹਿ ਗਈ ਏ ਤੇ ਆੜ੍ਹਤੀਆਂ ਵਿੱਚ ਧਰਮ ਦਾ ਵਿਸ਼ਵਾਸ ਘਟਿਆ ਏ। ਉਹਨਾਂ ਕਿਹਾ ਕਿ ਪਿਛਲੇ 1 ਸਾਲ ਵਿੱਚ ਕਾਂਗਰਸ ਸਰਕਾਰ ਹੋਂਦ ਵਿੱਚ ਆਉਣ ਤੋਂ ਬਾਅਦ ਮੌਜੂਦਾ ਵਿਧਾਇਕ ਨੇ ਆਪਣੀ ਮਨਮਾਨੀ ਕਰਦਿਆਂ ਧਰਮ ਬੋਰਡ ਗਿੱਦੜਬਾਹਾ ਦੀਆਂ 6 ਸੰਸਥਾਵਾਂ ਦੇ ਪ੍ਰਧਾਨ ਉਹ ਨਿਯੁਕਤ ਕਰ ਦਿੱਤੇ ਜੋ ਕਿ ਮੈਂਬਰ ਵੀ ਨਹੀਂ ਸਨ ਤੇ ਨਿਯਮਾਂ ਅਨੁਸਾਰ ਉਹ ਪ੍ਰਧਾਨ ਬਣ ਵੀ ਨਹੀਂ ਸਕਦੇ ਸਨ। ਉਹਨਾਂ ਅੱਗੇ ਦੱਸਿਆ ਕਿ ਭਾਵੇਂ ਉਹਨਾਂ ਨੇ ਇਸ ਮਸਲੇ ਤੇ ਹੱਲ ਲਈ ਸਰਬਸੰਮਤੀ ਦੀਆਂ ਵੀ ਕੋਸ਼ਿਸ਼ਾਂ ਕੀਤੀਆਂ ਪਰ ਸਫਲ ਨਾ ਹੋਣ ਕਾਰਨ ਉਹਨਾਂ ਨੇ ਮਾਣਯੋਗ ਅਦਾਲਤ ਦਾ ਸਹਾਰਾ ਲਿਆ ਤੇ ਐਡੀਸ਼ਨਲ ਸਿਵਲ ਜੱਜ ਸੀਨੀਅਰ ਡਿਵੀਜ਼ਨ ਗਿੱਦੜਬਾਹਾ ਦੀ ਮਾਣਯੋਗ ਅਦਾਲਤ ਨੇ ਧਰਮ ਬੋਰਡ ਅਧੀਨ ਆਉਂਦੀਆਂ 6 ਸੰਸਥਾਵਾਂ ਦੇ ਪ੍ਰਧਾਨਾਂ ਨੂੰ ਹਟਾਉਣ ਦਾ ਫੈਸਲਾ ਦਿੰਦਿਆਂ ਧਰਮ ਬੋਰਡ ਦੇ ਮੌਜੂਦਾ ਪ੍ਰਧਾਨ ਸਵਰਨ ਸਿੰਘ ਨੂੰ ਕੁੱਲ 180 ਮੈਂਬਰਾਂ ਦੀ ਮੀਟਿੰਗ ਬੁਲਾ ਕੇ ਨਿਯਮਾਂ ਅਨੁਸਾਰ ਧਰਮ ਬੋਰਡ ਦੇ ਮੈਂਬਰਾਂ ਵਜੋਂ ਇਹਨਾਂ ਸੰਸਥਾਵਾਂ ਜਿਨ੍ਹਾਂ ਵਿੱਚ DAV ਕਾਲਜ ਗਿੱਦੜਬਾਹਾ, DAV ਵੈਸ਼ ਸਕੂਲ, ਆੜ੍ਹਤੀਆ ਪੁੱਤਰੀ ਪਾਠਸ਼ਾਲਾ, SSD ਕਮਿਊਨਿਟੀ ਸੈਂਟਰ, ਪੰਚਾਇਤੀ ਧਰਮਸ਼ਾਲਾ, ਸ਼ੇਪੁਰੀ ਤੇ ਗਊਸ਼ਾਲਾ ਗਿੱਦੜਬਾਹਾ ਦੇ ਪ੍ਰਧਾਨ ਚੁਣਨ ਦੇ ਆਦੇਸ਼ ਜਾਰੀ ਕੀਤਾ ਹੈ। ਉਹਨਾਂ ਕਿਹਾ ਕਿ ਜੇਕਰ ਧਰਮ ਬੋਰਡ ਦੇ ਮੌਜੂਦਾ ਪ੍ਰਧਾਨ ਸਵਰਨ ਸਿੰਘ ਜੋ ਕਿ ਬਹੁਤ ਹੀ ਸੂਝਵਾਨ ਨੇ, ਉਮੀਦ ਹੈ ਕਿ ਉਹ ਜਲਦੀ ਹੀ ਨਵੀਂ ਚੋਣ ਕਰਨਗੇ, ਪਰ ਅੱਗੇ ਨਾਲ ਹੀ ਕਿਹਾ ਕਿ ਧਰਮ ਬੋਰਡ ਦੀ ਪੁਰਾਣੀ ਸ਼ਾਨੋ ਸ਼ੌਕਤ ਨੂੰ ਬਹਾਲ ਕਰਨਾ ਬਹੁਤ ਔਖਾ ਜਾਪਦਾ ਹੈ ਕਿਉਂਕਿ ਇਹ ਸਿਆਸਤ ਦੀ ਭੇਂਟ ਚੜ ਚੁੱਕਿਆ ਹੈ। ਉਹਨੇ ਫੈਸਲਾ ਕੀਤਾ ਵੀ ਜਿਹੜੇ ਬੰਦੇ ਆ ਸਾਰੇ ਆਊਟਸਾਈਡਰ ਆਏ, ਇਹ ਸਾਡੀ ਧਰਮ ਸਭਾ ਦੇ ਮੈਂਬਰ ਨੇ, ਜੋ ਧਰਮ ਸਭਾ ਦੇ 22 ਲਾਅ ਹੈ ਉਹਦੇ ਵਿੱਚ ਕੱਚਾ ਅਤੇ ਪੱਕਾ ਆੜ੍ਹਤੀ ਆ ਉਹ ਮੈਂਬਰ ਬਣ ਸਕਦੇ ਆ, ਪਰ ਜਿਹੜੇ ਬੰਦੇ ਬਣਾਏ ਗਏ 6 ਸੰਸਥਾਵਾਂ ਦੇ ਇਹ ਸਾਰੇ ਆਊਟਸਾਈਡਰ ਹੈ। ਕੋਈ ਡਾਕਟਰ ਹੈ, ਕੋਈ ਕੂਲਰਾਂ ਦਾ ਕੰਮ ਕਰਦਾ ਹੈ, ਕੋਈ ਡੇਅਰੀ ਦਾ ਕੰਮ ਕਰਦਾ ਹੈ, ਕੋਈ ਹੋਰ ਕਿਸ ਤਰ੍ਹਾਂ ਦੇ ਹੈ ਕੰਮ ਹੈ, ਉਹ ਬੰਦੇ ਸਾਰੇ ਇਹਨਾਂ ਨੇ ਬਣਾਏ ਅਤੇ ਉਹ ਸਾਰੇ ਬੰਦੇ ਉਹ ਅਦਾਲਤ ਨੇ ਆਰਡਰ ਕੀਤਾ ਵੀ ਇਹਨਾਂ ਨੂੰ ਹਟਾ ਦਿੱਤਾ ਜਾਵੇ ਅਤੇ ਇਮੀਡੀਏਟਲੀ ਇਹਦੀ ਮੀਟਿੰਗ ਬੁਲਾ ਕੇ ਜਿਹੜਾ ਪ੍ਰਧਾਨ ਸਾਹਿਬ ਹੈਗੇ ਸਾਹ ਸਵਰਨ ਸਿੰਘ ਉਹ ਮੀਟਿੰਗ ਬੁਲਾ ਕੇ ਅਤੇ ਆਪਣਾ ਆੜ੍ਹਤੀਆਂ ਕੱਚੇ ਅਤੇ ਪੱਕੇ ਆੜ੍ਹਤੀਆਂ ਤੋਂ ਆਪਦਾ ਨੁਮਾਇੰਦੇ ਬਣਾਉਣੇ ਇਹਨਾਂ ਸੰਸਥਾਵਾਂ ਦੇ। ਦੇਖੋ ਮੈਂ ਤਾਂ ਕੋਈ ਸਟੈਪ ਚੱਕਣਾ ਨਹੀਂ, ਦੇਖੋ ਸਟੈਪ ਚੱਕਣਾ ਲੋਕਾਂ ਨੇ, ਲੋਕਾਂ ਦੀ ਜੇ ਮੀਟਿੰਗ ਬੁਲਾਉਂਦੇ ਆ ਨਹੀਂ ਬੁਲਾਉਂਦੇ, ਨਹੀਂ ਬੁਲਾਉਣਗੇ ਤਾਂ ਕੰਡੈਮਡ ਆਫ ਕੋਰਟ ਹੋਏ, ਬੜੀ ਸਾਫ਼ ਸੁਥਰੀ ਗੱਲ ਆ ਉਹਦੇ ਵਿੱਚ। ਪਰ ਮੈਨੂੰ ਨਹੀਂ ਲੱਗਦਾ ਵੀ ਇਹ ਸਵਰਨ ਸਿੰਘ ਸਿਆਣਾ ਬੰਦਾ, ਇਹ ਜ਼ਰੂਰ ਇਹਨੂੰ ਮੀਟਿੰਗ ਬੁਲਾਉਣੀ ਚਾਹੀਦੀ ਆ, ਜਿਹੜਾ ਆਰਡਰ ਹਾਈ ਅਦਾਲਤ ਦਾ ਉਹਨੂੰ ਮੰਨਣਾ ਚਾਹੀਦਾ, ਜੇ ਨਹੀਂ ਬੁਲਾਉਣਗੇ ਤਾਂ ਫਿਰ ਉਹਦਾ ਤਾਂ ਕੋਰਟ ਆਫ ਕਨੈਕਟ ਹੈਗਾ, ਉਹ ਬਦਲੂ ਆਪੇ ਗੱਲ ਤੇ ਜਿਹੜੇ ਦੋ ਹੈਗੇ ਪ੍ਰਧਾਨ ਇੱਕ ਆਪਣੇ ਸ਼ਮਸ਼ਾਨ ਭੂਮੀ ਦਾ ਇੱਕ ਗਊਸ਼ਾਲਾ ਸਿੱਧੀ ਬਾਬਾ,
ਇਹ ਦੋਨੇ ਆੜਤੀਆਂ ਦੇ ਕਿਸਾਨ ਸਾਹਿਬ ਫੀਸਾਂ ਭਰਦੇ ਬਕਾਇਦਾ ਆੜਤੀਆਂ ਦੀ। ਜਿਹੜਾ ਗਊਸ਼ਾਲਾ ਦਾ ਹੈਗਾ ਆਪਣਾ ਕੀ ਨਾਮ ਉਹਨਾਂ ਦਾ, ਬਾਬਾ ਸੁਰਿੰਦਰ, ਇਹਨੂੰ ਪੁੱਛੋ ਵੀ ਅੱਜ ਤੱਕ ਧਰਮਸ਼ਾਲਾ ਆਪਣਾ ਗਊਸ਼ਾਲਾ ਦੀ ਕੋਈ ਟਿਕਟ ਖਰੀਦੀ ਹੈ? ਅੱਜ ਤੱਕ 5 ਰੁਪਈਆਂ ਦੀ ਟਿਕਟ ਇਸ ਬੰਦੇ ਨੇ ਨਹੀਂ ਖਰੀਦੀ। ਨੰਬਰ ਇੱਕ। ਸੈਕਿੰਡ ਗੱਲ ਜਿਹੜਾ ਉਹ ਹੈਗਾ ਉਹ ਪਿੰਟੂ, ਮੈਂ ਜੇ ਮਾਰਕੀਟ ਕਮੇਟੀ ਦਾ ਲਾਇਸੈਂਸ ਲੈ ਲੈਣਾ, ਮੈਂ ਆੜਤੀ ਨਹੀਂ ਬਣ ਜਾਣਾ। ਉਹ ਤਾਂ 400-500 ਰੁਪਈਆ ਫੀਸ ਆ ਮਾਰਕੀਟ ਕਮੇਟੀ ਦਾ, ਤੁਸੀਂ ਵੀ ਲੈ ਸਕਦੇ, ਮੈਂ ਵੀ ਲੈ ਸਕਦਾ, ਇਹ ਵੀ ਲੈ ਸਕਦੇ, ਇਹ ਵੀ ਲੈ ਸਕਦੇ। ਆੜਤੀ ਆ ਉਹ ਹੈ ਜਿਹੜਾ ਕਿਸਾਨ ਦਾ ਮਾਲ ਵੇਚੇ, ਜੇ ਫਾਰਮ ਆਈ ਫਾਰਮ ਭਰ ਕੇ ਦੇਵੇ, ਮਾਰਕੀਟ ਫੀਸ ਉੱਥੇ ਮਾਰਕੀਟ ਕਮੇਟੀ 'ਚ ਭਰੇ, ਰਿਟਰਨ ਦੇਵੇ, ਉਹ ਆੜਤੀ ਹੈ। ਇਕੱਲਾ ਮਾਰਕੀਟ ਕੀ ਬਣਸੈਂਸ ਤਾਂ ਸਾਡੇ ਜਿਹੜੇ ਬਣੀਮ ਹੈਗੇ ਆ, ਸਾਡੇ ਤਲਾਈ ਦਾ ਕੰਮ ਕਰਦੇ ਆ, ਲਾਇਸੈਂਸ ਤਾਂ ਇਹਨਾਂ ਨੇ ਮਾਰਕੀਟ ਕਮੇਟੀ 'ਤੇ ਲੈ ਛੱਡੇ ਆ, ਉਹ ਸਾਡੇ ਮੈਂਬਰ ਤਾਂ ਨਾ ਬਣ ਸਕਦੇ। ਮੈਂਬਰ ਸਿਰਫ ਉਹੀ ਬਣੂ ਜੋ 22 ਲੱਖ ਦਾ ਇਨਕਮ ਟੈਕਸ ਨੂੰ ਅਸੀਂ ਕਾਪੀਆਂ ਦਿੰਦੇ ਹਾਂ, ਰਿਟਰਨ ਦਿੰਦੇ ਹਾਂ, ਉਹਦੇ ਵਿੱਚ ਜਿਹੜਾ ਧਰਮ ਬੋਰਡ ਦੀਆਂ ਟਿਕਟਾਂ ਵੇਚਦਾ ਲਾਉਂਦਾ, 5 ਪੈਸੇ ਸੈਂਕੜਾ ਪੱਕਾ ਆੜਤੀ ਆ, 5 ਪੈਸੇ ਸੈਂਕੜਾ ਕੱਚਾ ਆੜਤੀ ਆ, ਉਹ ਸਾਡੇ ਉਹ ਮੈਂਬਰ ਹੈ। ਨਹੀਂ ਕੋਈ ਪੋਲੀਟੀਕਲ ਬੰਦਾ ਕੋਈ ਵੀ ਨਹੀਂ ਕਰ ਸਕਦਾ, ਜੇ ਮੈਂ ਮੈਂਬਰ ਨਹੀਂ ਮੈਂ ਵੀ ਨਹੀਂ ਕਰ ਸਕਦਾ। 180 ਮੈਂਬਰ ਹੈ ਜੀ ਟੋਟਲ, ਜਿਵੇਂ ਮੇਰੀ ਇੱਕ ਫਰਮ ਹੈ, ਮੈਂ ਮੇਰੇ ਦੋ ਸੰਸਥਾ 'ਤੇ ਮੈਂ ਕੰਮ ਕਰਦਾ, ਦਿਨੇਸ਼ ਗਰਗ ਐਂਡ ਕੰਪਨੀ ਅਤੇ ਨਾਨਕ ਸਿੰਘ ਪ੍ਰਤਾਪ ਸਿੰਘ 'ਤੇ, ਦੋਵੇਂ ਰਿਟਰਨਾਂ ਦਿੰਦੇ ਹਾਂ, ਦੋਵਾਂ 'ਤੇ ਜਮ ਖਰਚ ਦਾ ਅਸੀਂ ਫਸਲ ਵੇਚਦੇ ਹਾਂ। ਇਵੇਂ ਹੋਰ ਆੜਤੀ ਨੇ ਕਿਸੇ 3 ਹੈ, ਕਿਸੇ 4, ਜਿਵੇਂ ਲੀਲੀ ਆ ਉਹਦੇ 4 ਹੈ, ਦੂਜੇ ਨੇ ਕਿਸੇ 2 ਹੈ, ਇਸ ਤਰ੍ਹਾਂ ਇੱਕ ਉਹ ਇੱਕ ਮੈਂਬਰ, ਇੱਕ ਆੜਤੀ ਦਾ ਜਿਹੜਾ ਲਾਇਸੈਂਸ ਦਾ ਹੈਗਾ, ਇੱਕ ਮੈਂਬਰ ਉਹਦੀ ਵੋਟ ਹੈ। ਜੇ 4 ਲਾਇਸੈਂਸ ਉਹਦੇ ਕੋਲ, 4 'ਤੇ ਕੰਮ ਕਰਦਾ ਤਾਂ, ਇਕੱਲੇ ਲਾਇਸੈਂਸ ਨਾਲ ਨਹੀਂ, ਜੇ ਉਹ ਮਾਰਕੀਟ ਕਮੇਟੀ 'ਚ ਜ਼ਿਆਦਾ ਕਿਤਾਬਾਂ 'ਚ ਜਮ੍ਹਾਂ ਖਰਚ ਕਰਦਾ, ਕਿਸਾਨ ਦੀ ਫਸਲ ਜਮ੍ਹਾਂ ਖਰਚ ਕਰਾਉਂਦਾ, ਉਹ ਬੰਦਾ ਉਹਦਾ ਮੈਂਬਰ ਹੈ। ਘੱਟ ਤੋਂ ਘੱਟ 5 ਸਾਲ, 22 ਲੱਖ। ਇਹ ਨਹੀਂ ਵੀ ਅੱਜ ਮੈਂ ਦੁਕਾਨ ਖੋਲ ਲਈ, ਅੱਜ ਰੌਲਾ ਪੈ ਗਿਆ, ਉਹੋ ਅਸੀਂ ਇਨਕਾਰ ਨਹੀਂ ਕਿਸੇ ਨੂੰ ਕਰਦੇ, ਦੇਖੋ ਬੜੀਆਂ ਦੁਕਾਨਾਂ ਖੁੱਲਣੀਆਂ ਆੜਦੀਆਂ, ਪਰ ਜੇ ਸਾਥੋਂ ਉਹਨਾਂ ਨੇ ਟਿਕਟਾਂ ਪਰਚੇਜ ਕੀਤੀਆਂ ਧਰਮ ਸਭਾ ਦੀਆਂ, ਅਸੀਂ ਉਹਨਾਂ ਨੂੰ ਮੈਂਬਰ ਬਣਾਇਆ। ਸ਼ਰਤ ਕੋਈ ਨਹੀਂ ਰਹੀ, ਨਹੀਂ ਡਿਫਾਲਟਰ ਫੋਟਰ ਦਾ ਪੁੱਤਰ ਉਹ ਕੋਈ ਤਲਕ ਨਹੀਂ ਕਿਸੇ ਕਿਸਮ। ਮਤਲਬ 6 ਸੰਸਥਾਵਾਂ ਦੇ ਪ੍ਰਧਾਨ ਬਣੇ ਗਏ ਜੀ, ਕੀ ਉਦੋਂ ਇਹਨਾਂ ਵੱਲੋਂ ਕੋਈ ਸਭਾ ਨੂੰ ਕੋਈ ਪਰਚੀ ਵਗੈਰਾ ਜਾਂ ਚੰਦੇ ਦੀ ਜਾਂ ਹੋਰ ਕਟਾਈ ਗਈ ਹੈ ਜੀ? ਦੇਖੋ ਗੱਲ ਥੋੜ੍ਹਾ ਕੁਐਸਚਨ ਬੜਾ ਟੇਢਾ ਹੈ। ਇਹ ਜਿਹੜੇ ਬੰਦੇ ਬਣਾਏ, ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਤੁਸੀਂ ਛੀਏ ਇੱਕ ਪਾਸੋਂ ਤਰਪੋ, ਦਰਵਾਜੇ ਦਿਓ, ਦਰਵਾਜੇ ਤੋਂ ਦਰਵਾਜਾ, ਵੀ ਤੁਹਾਨੂੰ ਕੋਈ 5 ਰੁਪਈਏ ਦੇਣ ਨੂੰ ਤਿਆਰ ਹੈ ਕਿ ਨਹੀਂ ਹੈ। ਮੈਂ ਕਿਹਾ ਮੈਂ ਚੈਲੇਂਜ ਨਾਲ ਕਿਹਾ ਇਹਨਾਂ ਨੂੰ ਵੀ ਤੁਸੀਂ ਛੀਏ ਤਰਪੋ ਇੱਕ ਪਾਸੇ, ਭੱਜ ਗਏ ਇਸ ਗੱਲ ਤੋਂ। ਫਿਰ ਇੱਕ ਪ੍ਰਪੋਜ਼ਲ ਆਈ ਇਹਨਾਂ ਦੀ ਵੀ ਜਿਹੜੀ ਸਾਡੀ ਉਹ ਧਰਮਸ਼ਾਲਾ ਖੜੀ ਹੈ, ਵੀ ਇਹਨੂੰ ਬਣਾਇਆ ਜਾਵੇ। ਪਹਿਲਾਂ ਅਕਾਲੀਆਂ ਨੇ ਪ੍ਰਪੋਜ਼ਲ ਆਈ, ਇਹਨਾਂ ਨੇ ਸੋਚਿਆ, ਡਿੰਪੀ ਨੂੰ ਢਿੱਲੋਂ ਨੂੰ ਕਿਹਾ ਵੀ ਜੀ ਆਪਾਂ ਵੀ ਚਲਾਈਏ, ਉਹ ਕਹਿੰਦਾ ਵੀ ਚਲਾਓ। ਕਹਿੰਦਾ ਪਹਿਲਾਂ ਇਹ ਪੁੱਛੋ ਮੰਡੀ ਵਾਲੇ ਤੁਹਾਨੂੰ ਕੋਈ ਪੈਸਾ ਦੇਣਗੇ ਕਿ ਨਹੀਂ ਦੇਣਗੇ। ਬਲਦੇਵ ਜਿਹੜਾ ਮੈਂਬਰ ਹੈ ਥਰਾਜ ਵਾਲਾ, ਉਹ ਕਹਿੰਦਾ ਜੀ ਮੈਂ ਪੁੱਛਦਾ। ਉਹਨੇ 2-4 ਬੰਦਿਆਂ ਨਾਲ ਗੱਲ ਕੀਤੀ, ਉਹ ਕਹਿੰਦੇ ਤੁਸੀਂ ਪੈਸੇ ਭਰ ਦਿਓ, ਤੁਹਾਨੂੰ ਦੁਕਾਨ 'ਤੇ ਨੇੜੇ ਚੜ੍ਹਨ ਦੇਣਾ। ਉਹ ਟਿਕ ਟਿਕ ਗਈ। ਫਿਰ ਇੱਧਰੋਂ ਪ੍ਰਪੋਜ਼ਲ ਆਈ, ਅਸੀਂ ਆਖਿਆ ਮੈਂ ਲੋਕਾਂ, ਮੈਂ ਕਿਹਾ ਮੈਂ ਮਗਰ ਲੱਗੂ, ਤੁਸੀਂ ਲੱਗੋ ਅੱਗੇ, ਅਤੇ ਚਲੋ ਮੰਗੋ ਪੈਸੇ ਅਤੇ ਕਰੋ ਸ਼ੁਰੂ। ਫਿਰ ਭੱਜ ਗਈ। ਸਰ ਤੁਹਾਡੇ ਟਾਈਮ ਦੇ ਮੁਕਾਬਲੇ ਹੁਣ ਸਭਾ ਨੂੰ ਇਨਕਮ ਸੋਰਸ ਕੀ ਹੈ ਜੀ? ਨਿਲ ਹੋ ਗਈ ਇਨਕਮ ਸੋਰਸ।
ਇੱਕ ਸਿੰਗਲ ਪੈਸੇ ਦੀ। ਦੇਖੋ ਅਕਾਲੀਆਂ ਵੇਲੇ 30 ਲੱਖ ਤੋਂ 18 ਲੱਖ ਹੋ, ਅਤੇ 18 ਲੱਖ ਤੋਂ ਹੁਣ ਲੱਖ 'ਤੇ ਵੀ ਨਹੀਂ ਹੈ। ਰਿਕਾਰਡ ਦੀ ਗੱਲ ਹੈ, ਕੋਈ ਜ਼ਬਾਨੀ ਗੱਲ ਨਹੀਂ ਹੈ, ਆਨ ਰਿਕਾਰਡ ਗੱਲ। 2 ਲੱਖ ਹੋ ਗਈ ਹੋਣੀ ਹੈ, ਜੇ ਮੈਂ ਕਿਹਾ 5 ਲੱਖ ਵੀ ਹੋ ਜੀ, ਪਰ ਸਵਾਲ ਕਿੱਥੇ 30 ਲੱਖ ਕਿੱਥੇ 5 ਲੱਖ। ਔਰ 99% ਬੰਦੇ ਟਿਕਟਾਂ ਲੋਕਾਂ ਨੇ ਕੱਚੀ ਤੇ ਪੱਕੀ ਆੜਤ ਵਾਲਿਆਂ ਨੇ ਲਾਉਣੀਆਂ ਬੰਦ ਕਰਤੀਆਂ। ਦੇਖੋ ਭੈਣ ਜੀ, ਇਹ ਤਾਂ ਹੁਣ ਤੁਸੀਂ ਸਵਾਲ ਉਹਨੂੰ ਕਰੇ। ਦੇਖੋ ਹੁਣ ਕੋਰਟ ਦਾ ਫੈਸਲਾ, ਨਾ ਮੇਰਾ ਫੈਸਲਾ, ਨਾ ਤੁਹਾਡਾ, ਨਾ ਲੋਕਾਂ ਦਾ ਹੈ। ਹੁਣ ਤਾਂ ਕੋਰਟ ਦਾ ਫੈਸਲਾ ਹੈ, ਕੋਰਟ ਦੇ ਫੈਸਲੇ ਨੂੰ ਓਨਰ ਕਰਦੇ ਆ ਕਿ ਨਹੀਂ ਕਰਦੇ, ਨਹੀਂ ਕਰਨਗੇ ਕੰਡੈਮਟ ਹੋਏਗੀ। ਪਰ ਬੈਂਕਾਂ ਵਾਲਿਆਂ ਨੇ ਜਿਹਦੇ ਸਟੇਅ ਹੋਇਆ 7 ਤਰੀਕ ਨੂੰ, ਸਾਰੇ ਬੈਂਕਾਂ ਨੇ, ਤੁਸੀਂ ਅਖਬਾਰ ਵਾਲੇ ਹੋ, ਅਖਬਾਰ ਪੜ੍ਹੇ ਉਹਨਾਂ ਬੈਂਕ ਵਾਲਿਆਂ ਨੇ ਪੜ੍ਹੇ, 7 ਤਰੀਕ ਤੋਂ ਲੈ ਕੇ ਅੱਜ ਤੱਕ ਇੱਕ ਵੀ ਚੈੱਕ ਪਾਸ ਨਹੀਂ ਹੋਇਆ। ਕਿਸੇ ਚੈੱਕ 'ਤੇ ਕਿਸੇ ਸੰਸਥਾ ਦੇ ਪ੍ਰਧਾਨ ਨੇ, ਦੂਜੇ ਜਿਹੜੇ ਪ੍ਰਿੰਸੀਪਲ ਹੈ ਸਕੂਲਾਂ ਦੇ, ਉਹਨਾਂ ਨੇ ਕਿਹਾ ਨੋ, ਅਸੀਂ ਕੋਈ ਦਸਤਖਤ ਨਹੀਂ ਤੁਹਾਥੋਂ ਕਰਾਉਣੇ। ਸਾਰੇ ਚੈੱਕ ਦੇ ਪੇਮੈਂਟ ਸਭ ਬੰਦ ਹੋ ਗਈ ਬੈਂਕਾਂ 'ਚੋਂ, ਸਾਰੀ 6 ਦੇ 6 ਸੰਸਥਾ ਨੇ ਖਤਮ ਕਰ ਦਿੱਤੀ। ਹਾਂ, ਦੇਖੋ ਮੈਂ ਪਹਿਲਾਂ ਹਾਈ ਕੋਰਟ ਗਿਆ ਸੀ, ਅਤੇ ਲੋਕਾਂ ਦੀ ਰਾਇ ਸੀ ਵੀ ਲੋਕਾਂ ਦੀਆਂ ਸੰਸਥਾ ਲੋਕਾਂ ਦੇ ਕੋਲ ਰਹਿਣ। ਇਹ ਹਾਈ ਕੋਰਟ ਨੇ ਉਹਦੇ 'ਚ ਡਾਇਰੈਕਸ਼ਨ ਦੀ ਡਿਊਟੀ ਕਮਿਸ਼ਨਰ ਨੂੰ ਵੀ 1 ਮੰਥ ਦੀ ਚੋਣ ਕਰਾਓ ਤੁਸੀਂ। ਮੈਂ ਕਾਪੀ ਪਰਸਨ ਵੀ ਦੇ ਕੇ ਆਇਆ ਹਾਈ ਕੋਰਟ ਵੱਲੋਂ ਵੀ ਆ ਗਈ। ਉਹ ਲਾਰੇ ਲੱਪੇ ਲਾਉਂਦਾ ਰਿਹਾ, ਜੋ ਲਾਰੇ ਲੱਪੇ ਲਾਉਂਦਾ ਰਿਹਾ, ਫਿਰ ਮੈਂ ਉਹਨੂੰ ਕਹਿ ਦਿੱਤੀ ਅਸੀਂ ਕੰਡੈਮਟ ਪਾ ਰਹੇ ਹਾਂ। ਫਿਰ ਉਹਨੇ ਕੀ ਸ਼ਰਾਰਤ ਕੀਤੀ, ਆਪਣੇ ਐਸ ਡੀ ਐਮ ਸਾਹਿਬ ਜਿਹੜੇ ਹੁਣ ਮੌਜੂਦ ਹੈ, ਇਹਨਾਂ ਨੂੰ ਕਹਿਤਾ ਯਾਰ ਤੁਸੀਂ ਬੁਲਾ ਕੇ ਇਹਨਾਂ ਦਾ ਟਿਕਾਟ ਕੂ ਕਰਾਓ। ਮੈਨੂੰ ਵੀ ਸੱਦ ਲਿਆ ਉਹਨਾਂ ਨੇ, ਮੈਂ ਗਿਆ ਤੇ ਮੈਥੋਂ ਪਹਿਲਾਂ ਬੈਠੀ ਸੀ। ਮੈਂ ਕਿਹਾ ਸਰ ਇੱਕ ਮੇਰਾ ਤਾਂ ਕੋਈ ਕੁਸ਼ਚਨ ਆ, ਮੈਂ ਬਾਹਲੀ ਬਹਿਸ ਨਹੀਂ ਕਰਨੀ। ਇਹਨਾਂ ਨੇ ਪੁੱਛੋ ਵੀ ਇਹ ਸਾਡੇ ਕੱਚੇ ਆੜਤ ਦਾ ਕੰਮ ਕਰਦੇ ਆ ਕਿ ਪੱਕੀ ਦਾ ਕਰਦੇ ਆ, ਕਿ ਟਿਕਟਾਂ ਪਾੜਦੇ ਆ ਕਿ ਨਹੀਂ ਪਾੜਦੇ। ਸਾਡੀ ਤੁਹਾਨੂੰ ਸਭ ਦੇ ਮੈਂਬਰ ਹੈ ਕਿ ਨਹੀਂ ਹੈ। ਸ਼ਾਮਾ ਸਿੰਗਲਾ ਪ੍ਰਿੰਸੀਪਲ ਵੀ ਬੈਠੀ ਸੀ, ਉਹਨੇ ਸਭ ਤੋਂ ਪਹਿਲਾਂ ਕਿਹਾ ਜੀ ਇਹਨਾਂ ਸਾਡਿਆਂ 'ਚੋਂ ਕੋਈ ਮੈਂਬਰ ਨਹੀਂ ਹੈ, ਕੋਈ ਕੱਚੀ ਆੜਤਾਂ ਨਹੀਂ। ਪੁੱਛਿਆ ਉਹਨੇ ਤੁਸੀਂ ਕੀ ਕੰਮ ਕਰਦੇ ਹੋ, ਉਹਨੇ ਦੱਸਦੇ ਕੋਈ ਕਹਿੰਦਾ ਮੈਂ ਪੱਠੇ ਵਾਲਾ ਜੀ, ਕੋਈ ਕਹਿੰਦਾ ਮੈਂ ਸਵਾਰ ਵਾਲਾ, ਕੋਈ ਕਹਿੰਦਾ ਮੈਂ ਡਾਕਟਰ ਹਾਂ, ਕੋਈ ਹੋਰ ਹੈ। ਉਹਨੇ ਫਿਰ ਅਸੀਂ ਆਖਿਆ, ਫਿਰ ਉਹਨੇ ਸਾਨੂੰ ਪੁੱਛਿਆ, ਮੈਂ ਕਿਹਾ ਜੀ ਇਹ ਵੀ ਗੱਲ ਛੱਡ ਦਿਓ, ਆ ਸਾਡਾ ਕੁਸ਼ਚਨ ਤਾਂ ਵੀ ਤੁਸੀਂ ਚੋਣ ਕਰਾਓ, ਤੁਸੀਂ ਉਹਦੇ ਪ੍ਰਬੰਧਕ ਬਣੋ, ਤੁਸੀਂ ਤੁਹਾਡੀ ਹਾਰੀ ਚੋਣ ਹੋਵੇ, ਲੋਕ ਜਿਹਨੂੰ ਬਣਾਉਣਾ ਸਾਨੂੰ ਕੋਈ ਇਤਰਾਜ਼ ਨਹੀਂ, ਨਾ ਮੈਂ ਬਣਨਾ। ਮੈਂ ਕਿਹਾ ਮੈਂ ਬਣਨਾ ਨਹੀਂ, ਮੈਨੂੰ ਤਕਲੀਫ਼ ਜ਼ਰੂਰ ਆ ਵੀ ਸ਼ਹਿਰ ਦੇ ਬਜ਼ੁਰਗਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਸੰਸਥਾ ਬਣਾਈਆਂ, ਕਾਮਯਾਬ ਰਹੇ, ਪਰ ਹੁਣ ਇਹ ਜਮਾਂ ਨਰਕ ਦੇ ਭੇਟ ਚੜੀਆਂ ਖੜੀਆਂ। ਚਲੋ ਉਹਨੇ ਹੁਣ ਉਹਦੇ ਗੱਲ ਜੱਜ ਗਈ, ਪਰ ਮਗਰੋਂ ਪੋਲੀਟੀਕਲ ਪ੍ਰੈਸ਼ਰ ਨਾਲ ਉਹਨੇ ਇੱਕ ਰਿਪੋਰਟ ਬਣਾ ਕੇ ਦਿੱਤੀ, ਡੀ ਸੀ ਨੂੰ ਭੇਜਤੀ। ਡੀ ਸੀ ਨੇ ਜਿਵੇਂ ਕਿਹਾ ਵੀ ਜੀ ਆਪਣਾ ਇਹ ਤਾਂ ਚੋਣ ਤਾਂ ਹੋ ਗਈ ਹੈ ਜੀ, ਉਹਦੇ ਘਰ ਬਣਾ ਕੇ ਉਹ ਰਿਪੋਰਟ ਇਹਨਾਂ ਨੇ ਭੇਜੀ। ਉਹਨਾਂ ਨੇ ਜੋ ਹਾਈ ਕੋਰਟ ਦਾ ਕੰਡੈਮ ਦਾ ਨੋਟਿਸ ਆਇਆ, ਉਹਨਾਂ ਨੇ ਉਹ ਰਿਪੋਰਟ ਕਰਕੇ ਭੇਜਤੀ। ਫਿਰ ਅਸੀਂ ਹਾਈ ਕੋਰਟ ਗਏ, ਹਾਈ ਕੋਰਟ ਫਿਰ ਡਾਇਰੈਕਸ਼ਨ ਸੀ ਥਰੀ ਨਾਲ ਜਾਓ, ਤਾਂ ਕਿ ਹੁਣ 6 ਮਹੀਨੇ ਦੇ ਅੰਦਰ ਫੈਸਲਾ ਕਰ ਲਓ। ਫਿਰ ਅਸੀਂ ਆਹ ਕੀਤਾ,
ਪ੍ਰਧਾਨ ਜੀ, ਤੁਸੀਂ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਧਰਮ ਬੋਰਡ ਨੂੰ ਬਚਾਉਣ ਦੇ ਲਈ ਕੀ ਕੁਝ ਕਦਮ ਜਿਹੜੇ ਨੇ ਠੋਸ ਭੈਣ ਜੀ? ਹੁਣ ਜੇ ਮੈਂ ਵੀ ਜ਼ੋਰ ਲਾ ਲਾ ਨਾ ਵੀ ਧਰਮ ਸਭਾ ਦੁਆਰਾ ਆਪਣੇ ਪੈਰਾਂ ਤੇ ਖੜੀ ਹੋ ਜੂ, ਨਹੀਂ ਕਰ ਸਕਦਾ। ਬੜੀ ਸਾਫ਼ ਸੁਥਰੀ ਗੱਲ ਕੀ ਕਾਰਨ ਕੀ ਹੈ? ਲੋਕਾਂ ਨੂੰ ਨਫ਼ਰਤ ਹੋ ਗਈ ਜੀ। ਤੁਸੀਂ ਮੈਨੂੰ ਪੈਸੇ ਦਿੰਦੇ ਹੋ, ਮੈਂ ਪੈਸੇ ਨੂੰ ਮਿਸਯੂਜ਼ ਕਰਦਾ, ਤੁਸੀਂ ਕਦੋਂ ਪੈਸੇ ਦਿਓਗੇ ਮੈਨੂੰ? ਇਸ ਕਰਕੇ ਸਾਰਾ ਕੰਮ ਬੰਦ ਹੋ ਗਿਆ। ਇਹ ਤਾਂ ਤੁਸੀਂ ਸਵਰਨ ਸਿੰਘ ਨੂੰ ਵੀ ਪੁੱਛੋਗੇ ਨਾ, ਸਵਰਨ ਸਿੰਘ ਵੀ ਤੁਹਾਨੂੰ ਕਹੂਗਾ ਜੀ ਬੰਦ ਹੋ ਗਿਆ ਕੰਮ ਸਾਰਾ, ਡੈਡ ਹੋ ਗਿਆ। ਪਤਾ ਨਹੀਂ, ਤੁਸੀਂ ਫਿਰ ਪੁੱਛ ਲਿਓ, ਹਲੇ ਆਇਆ ਜੀ ਸਰ, ਜਾਂਦੇ ਵੇਖ ਲਿਓ।